ਸਲਾਮ ਅਲੈਕੁਮ ਹਾਂਜੀ ਸਰ ਵੀਰ ਭਰਾ ਕਿੱਦਾਂ ਉਮੀਦ ਕਰਦੇ ਹਾਂ ਸਾਰਿਆਂ ਸਿਹਤ ਵੀ ਠੀਕ ਹੋਣੀ ਆ ਕਦੀ ਦੇਖੇ ਤੁਸੀਂ ਅੱਲਾ ਦੀ ਕੁਦਰਤ ਜ਼ਿਆਦਾਤਰ ਪਿੰਡਾਂ ਥਾਵਾਂ 'ਤੇ ਪਾਈ ਜਾਂਦੀ ਹੈ ਅਤੇ ਇਹਦਾ ਟਿੱਬੇ ਦੇ ਵਿੱਚ ਕਾਫੀ ਜਗ੍ਹਾ 'ਤੇ ਫਿਰਦੀ ਹੁੰਦੀ ਹੈ ਨਾਮ ਵੀ ਤੁਸੀਂ ਦੱਸਣਾ ਵਾ ਕੀ ਹੈ ਅੱਲਾ ਦੀ ਕੁਦਰਤ ਆ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕੀ ਚੀਜ਼ ਹੋਣੀ ਹੈ ਸਿਰਫ ਔਰ ਸਿਰਫ ਅੱਲਾ ਦੀ ਕੁਦਰਤ ਹੈ ਹੁਣ ਤੁਸੀਂ ਨਾਮ ਦੱਸਣਾ ਹੈ ਜਿਹੜੇ ਮੇਰੇ ਵੀਰ ਭਰਾ ਜਿੱਥੋਂ ਵੀ ਨੇ ਜਿਹੜੀ ਜਗ੍ਹਾ ਤੋਂ ਵੀ ਨੇ ਆਪਦੀ ਜਗ੍ਹਾ ਦਾ ਨਾਮ ਹੀ ਕਮੈਂਟ ਕਰਨ ਅਤੇ ਇਹਦਾ ਦੱਸਣ ਕੀ ਨਾਮ ਆ ਜਿਹੜਾ ਨਾਂ ਦੱਸੇਗਾ ਉਹਨੇ ਰਿਪਲਾਈ ਵੀ ਦੇਵਾਂਗਾ ਇਹਦੇ ਤੋਂ ਬਾਅਦ ਗਿਆ ਸੀਗਾ ਦੋਸਤ ਦੇ ਗਰਾਊਂਡ ਉੱਥੇ ਕੀ ਸਾਦੇ ਨੇ ਬਾਗ ਦੇ ਵਿੱਚ ਬੈਠਾ ਸੀਗਾ ਗਰਾਊਂਡ ਦੇ ਵਿੱਚ ਉਹਦੇ ਨਜ਼ਰ ਆਈ ਸੀਗੀ ਉਹਦੇ ਮੈਂ ਵੀਡੀਓ ਬਣਾਈ ਮੈਂ ਚਲੋ ਦੋਸਤਾਂ ਨੂੰ ਦਿਖਾਵਾਂਗਾ ਕੀ ਚੀਜ਼ ਹੈ ਹੁਣ ਤੁਸੀਂ ਨਾਮ ਦੱਸਣਾ ਵਾ ਲਾਜ਼ਮੀ ਜਿਹੜਾ ਮੇਰਾ ਵੀਰ ਭਰਾ ਵੀਡੀਓ ਵੇਖੇ ਅਤੇ ਇਹਦਾ ਨਾਮ ਹੀ ਦੱਸੇ ਕੀ ਚੀਜ਼ ਹੈ ਦੱਸਣਾ ਵਾ ਲਾਜ਼ਮੀ ਉਸ ਤੋਂ ਬਾਅਦ ਦੋਸਤ ਦੇ ਗਰਾਊਂਡ ਆਏ ਅਮਰੂਦ ਵਾਲੇ ਉੱਥੇ ਆ ਕੇ ਚੜ ਸ਼ੁਗਲ ਮੇਲਾ ਲਗਾਇਆ ਵਾ ਅਤੇ ਉਹਦੇ ਤੋਂ ਪਹਿਲੇ ਜਿਹੜੀ ਵੀਡੀਓ ਤੁਹਾਨੂੰ ਦਿਖਾਈ ਆ ਉਹਦਾ ਵੀ ਤੁਸੀਂ ਨਾਂ ਦੱਸਣਾ ਵਾ ਇਹ ਅਮਰੂਦ ਦਾ ਬਾਗ ਦੋਸਤ ਦਾ ਹੀ 2 ਕਿੱਲੇ ਅਮਰੂਦ ਦਾ ਬਾਗ 3 ਕਿੱਲੇ ਆ ਵੀ ਮੇਰਾ ਜਿਗਰੀ ਦੋਸਤ ਹੈ ਸ਼ਾਹਦ ਅਤੇ ਮੈਂ ਆ ਗਿਆ ਜੀ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਇੱਕ ਸ਼ਾਹਦ ਹੈ ਅਤੇ ਇੱਕ ਸਾਜਦ ਹੈ ਇੱਕ ਆਸਫ ਹੈ ਦੋ ਭਾਈ ਨੇ ਅਤੇ ਦੋ ਅਸੀਂ ਦੋਸਤ ਸੀਗੇ ਇਹਨਾਂ ਦੇ ਮੈਂ ਕਿਹਾ ਚਲੋ ਝੱਟ ਸ਼ੁਗਲ ਮੇਲਾ ਸੀ ਅਤੇ ਨਾਲੇ ਵਲੌਗ ਬਣਾ ਲਾਂਗਾ ਆਹ ਦੇਖੋ ਅਮਰੂਦ ਤੋੜ ਰਿਹਾ ਸੀ ਨਾਲੇ ਸਪਰੇਅ ਕਰ ਰਿਹਾ ਸੀ ਨਾਲੇ ਅਮਰੂਦ ਤੋੜ ਰਿਹਾ ਸੀ ਕਿਉਂਕਿ ਅੱਜ ਕੱਲ੍ਹ ਅਮਰੂਦਾਂ ਨੂੰ ਕਾਣ ਪਿਆ ਹੈ ਨਾ ਇਸ ਵਜ੍ਹਾ ਤੋਂ ਫਿਰ ਅਮਰੂਦ ਸਹੀ ਨਹੀਂ ਆਉਂਦੇ ਅਮਰੂਦ 'ਚ ਕੀੜੇ ਪੈ ਜਾਂਦੇ